ਸਤਿ ਸ਼੍ਰੀ ਅਕਾਲ ਫਰੈਂਡਸ, ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ, ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਅਗਰ ਤੁਹਾਡੇ ਗਿੱਟੇ ਸੁੱਜ ਜਾਂਦੇ ਨੇ, ਪੈਰ ਸੁੱਜ ਜਾਂਦੇ ਨੇ, ਤਾਂ ਆਪਾਂ ਕਿਹੜੀਆਂ ਕਸਰਤਾਂ ਕਰੀਏ। ਜ਼ਿਆਦਾਤਰ ਦੇਖਿਆ ਗਿਆ ਹੈ ਕੋਈ ਆਪਣੇ ਪੈਰ ਮੁੱਚ ਜਾਵੇ, ਮੋਚ ਆ ਜਾਵੇ ਭੱਜਦੇ ਭੱਜਦੇ ਜਾਂ ਤੁਰਦੇ ਸਮੇਂ, ਜਾਂ ਫਿਰ ਲਿੰਫ ਓਡੀਮਾ ਹੋ ਜਾਵੇ, ਆਪਣੇ ਜਿਵੇਂ ਲਿੰਫ ਨੋਡਸ ਹੁੰਦੇ ਨੇ ਉਹਨਾਂ ਦਾ ਕੋਈ ਵੀ ਇੰਜਰੀਜ਼ ਹੋ ਜਾਵੇ, ਉਸ ਕਰਕੇ ਆਪਣੇ ਪੈਰਾਂ ਦੇ ਵਿੱਚ ਸੋਜਿਸ਼ ਆ ਜਾਂਦੀ ਹੈ। ਤੀਸਰੇ ਨੰਬਰ 'ਤੇ ਪ੍ਰੈਗਨੈਂਸੀ ਦੇ ਦੌਰਾਨ, ਪ੍ਰੈਗਨੈਂਟ ਵੂਮੈਨ ਜੋ ਪ੍ਰੈਗਨੈਂਸੀ ਜੋ ਜਿਨ੍ਹਾਂ ਦੇ ਬੱਚੇ ਹੋਣ ਵਾਲੇ ਔਰਤਾਂ ਹੁੰਦੀਆਂ ਨੇ, ਉਹਨਾਂ ਦੇ ਪੈਰਾਂ ਦੇ ਵਿੱਚ ਸੁੱਜਣ ਆ ਜਾਂਦੀ ਹੈ। ਸ਼ੂਗਰ ਦੇ ਪੇਸ਼ੈਂਟ ਦੇ ਵਿੱਚ ਸੁੱਜਣ ਆ ਜਾਂਦੀ ਹੈ, ਬਲੱਡ ਪ੍ਰੈਸ਼ਰ ਵਧੀਆ ਘਟਿਆ ਹੋਵੇ ਤਾਂ ਵੀ ਪੈਰ ਸੁੱਜ ਜਾਂਦੇ ਨੇ, ਅਗਰ ਕੋਈ ਕਿਡਨੀ ਦੀ ਪ੍ਰੋਬਲਮ ਹੈ ਤਾਂ ਵੀ ਆਪਣੇ ਪੈਰ ਸੁੱਜ ਜਾਂਦੇ ਨੇ, ਔਰ ਲਾਸਟ ਨੰਬਰ 'ਤੇ ਅਗਰ ਲੀਵਰ ਦੀ ਕੋਈ ਪ੍ਰੋਬਲਮ ਆ ਤਾਂ ਵੀ ਆਪਣੇ ਪੈਰ ਸੁੱਜ ਜਾਂਦੇ ਨੇ। ਸੋ ਇਹ ਕਰਨ ਲਈ ਆਪਾਂ ਕਿਹੜੀਆਂ ਕਿਹੜੀਆਂ ਕਸਰਤਾਂ ਕਰ ਸਕਦੇ ਹਾਂ, ਅੱਜ ਦੀ ਵੀਡੀਓ ਦੇ ਐਂਡ ਤੱਕ ਬਣੇ ਰਹੋ, ਅੱਜ ਤੁਹਾਨੂੰ ਆਪਾਂ ਉਹੀ ਕਸਰਤਾਂ ਦੱਸਾਂਗੇ। ਕੱਲ ਵੀ ਅਸੀਂ ਵੈਰੀਕੋਜ਼ ਵੇਨਸ ਤੇ ਵੀਡੀਓ ਬਣਾਈ ਹੈ, ਤੁਸੀਂ ਉਹ ਵੀ ਜਾ ਕੇ ਚੈੱਕ ਕਰ ਸਕਦੇ ਹੋ। ਅਗਰ ਤੁਸੀਂ ਮੈਨੂੰ ਨਹੀਂ ਜਾਣਦੇ, ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸਰਾਂ, ਪਿਛਲੇ 10 ਸਾਲ ਤੋਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਰਨ ਕਰ ਰਹੇ ਹਾਂ। ਸਾਡੀ ਇੰਸਟਾਗ੍ਰਾਮ ਆਈਡੀ ਹੈ SHRI SINGH SARAN ਫਿਜ਼ੀਓਥੈਰੇਪੀ, ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ। ਫੇਸਬੁੱਕ ਤੇ ਸਾਡਾ ਪੇਜ ਹੈ SHRI SINGH SARAN ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ, ਔਰ ਅਸੀਂ ਹਰ ਸ਼ੁੱਕਰਵਾਰ ਸ਼ਾਮ ਨੂੰ 5 ਤੋਂ 6 ਇੰਸਟਾਗ੍ਰਾਮ ਪੇਜ ਤੇ SHRI SINGH SARAN ਫਿਜ਼ੀਓਥੈਰੇਪੀ ਪੇਜ ਤੇ ਲਾਈਵ ਹੁੰਦੇ ਹਾਂ, ਜਿੱਥੇ ਅਸੀਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹਾਂ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਪੈਰਾਂ ਦੀ ਸੋਜਿਸ਼, ਪੈਰ ਸੁੱਜ ਗਏ ਨੇ ਤਾਂ ਕਿਹੜੀਆਂ ਕਸਰਤਾਂ ਕਰੀਏ, ਸੋ ਆਓ ਸਟਾਰਟ ਕਰਦੇ ਹਾਂ। ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ, ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ 'ਤੇ ਅਪਲਾਈ ਕਰ ਦੇਣਾ ਹੈ। 10 ਤੋਂ 15 ਮਿੰਟ ਲਈ, ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦਊਂਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ। ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ 'ਤੇ ਵਰਤ ਰਹੇ ਹਾਂ, ਜਿਸ ਦਾ ਰਿਜ਼ਲਟ 100% ਹੈ। ਇਸ ਨੂੰ ਆਰਡਰ ਕਰਨ ਲਈ 8909000064 ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜਦੋਂ ਕਸਰਤ ਸ਼ੁਰੂ ਕਰਨੀ ਹੈ, ਆਪਾਂ ਨੂੰ ਕੀ ਚਾਹੀਦਾ ਹੈ? ਇੱਕ ਚਾਹੀਦਾ ਹੈ ਤੌਲੀਆ, 2 ਸਰਾਣੇ, ਔਰ ਇੱਕ ਤੁਹਾਨੂੰ ਚਾਹੀਦਾ ਹੈ ਆਪਣਾ ਫੋਮ ਰੋਲਰ। ਅਗਰ ਤੁਹਾਡੇ ਕੋਲ ਫੋਮ ਰੋਲਰ ਨਹੀਂ ਹੈ, ਘਬਰਾਉਣਾ ਨਹੀਂ, 3-4 ਤੌਲੀਏ ਨੂੰ ਇਕੱਠੇ ਕਰ ਲਓ ਔਰ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਬੰਨ ਲਓ, ਇੱਦਾਂ ਦਾ ਰੋਲਰ ਬਣ ਜਾਏਗਾ। ਸੋ ਸ਼ੁਰੂ ਕਰਨ ਲੱਗੇ ਹਾਂ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਪਿੱਲੋਆਂ ਦੀ ਪਲੇਸਮੈਂਟ ਕਰ ਲੈਣੀ ਹੈ ਔਰ ਇਸ 'ਤੇ ਦੋਨੋਂ ਪੈਰ ਰੱਖ ਦੇਣੇ ਹੈ। ਰਾਤ ਨੂੰ ਸੌਣ ਵੇਲੇ ਤੁਸੀਂ ਇੱਦਾਂ ਹੀ ਸੌਣਾ ਹੈ, ਔਰ ਅਗਰ ਤੁਸੀਂ ਥੱਕ ਗਏ ਤਾਂ ਤੁਸੀਂ 1 ਘੰਟੇ ਬਾਅਦ ਕੱਢ ਸਕਦੇ ਹੋ। 1 ਘੰਟਾ ਤਾਂ ਘੱਟੋ ਘੱਟ ਤੁਸੀਂ ਇੱਦਾਂ ਹੀ ਪੈਰ ਰੱਖਣੇ ਨੇ, ਜਿਸ ਨਾਲ ਕੀ ਹੈ, ਜਿੰਨਾ ਵੀ ਆਪਣੀ ਨੀਚੇ ਸਵੈਲਿੰਗ ਹੋਏਗੀ ਉਹ ਸਾਰੀ ਤੁਹਾਡੀ ਉੱਤਰ ਜਾਏਗੀ। ਸਭ ਤੋਂ ਵਧੀਆ ਫਾਰਮੂਲਾ ਇਹ ਸੋਜਿਸ਼ ਨੂੰ ਘੱਟ ਕਰਨ ਦਾ, 2 ਸਰਾਣੇ ਰੱਖ ਲੈਣੇ ਆ ਔਰ ਉਸਦੇ ਉੱਪਰ ਇੱਦਾਂ ਲੱਤਾਂ ਰੱਖ ਦੇਣੀਆਂ ਨੇ। ਹੁਣ ਸ਼ੁਰੂ ਕਰਦੇ ਹਾਂ ਕਸਰਤ। ਇਹ ਹੋ ਗਈ ਨੰਬਰ 1, ਜਿਸ ਦੇ ਵਿੱਚ ਆਪਾਂ ਕੀਤੇ ਪਿੱਲੋ ਪਲੇਸਮੈਂਟ। ਸੈਕਿੰਡ ਐਕਸਰਸਾਈਜ਼ ਕੀ ਹੈ, ਆਪਾਂ ਐਂਕਲ ਟੋ ਪੰਪਸ ਕਰਾਂਗੇ। 1, 2, 3, 4, 5, 6, 7, 8, 9, 10, 11, 12, 13, 14, 15, ਦੈਨ ਰਿਲੈਕਸ। 15 ਵਾਰੀ ਐਂਕਲ ਟੋ ਪੰਪਸ ਕੀਤਾ, ਫਿਰ ਕਰਾਂਗੇ 1, 2, 3, 4, 5, 6, 7, 8, 9, 10, 11, 12, 13, 14, 15, ਦੈਨ ਰਿਲੈਕਸ। ਆਪਾਂ 2 ਵਾਰੀ ਕੀਤਾ, ਇਸਦੇ ਤੁਸੀਂ 5 ਸੈੱਟ ਲਾਉਣੇ ਆ। ਇਹ ਹੋ ਗਈ ਤੁਹਾਡੀ ਦੂਸਰੀ ਕਸਰਤ, ਐਂਕਲ ਟੋ ਪੰਪਸ। 3rd ਐਕਸਰਸਾਈਜ਼ ਕੀ ਹੈ, ਆਪਾਂ ਇੱਕ ਚਾਦਰ ਲੈ ਲਾਂਗੇ। ਹੁਣ ਆਪਾਂ ਆਪਣੇ ਕਾਫ ਮਸਲ, ਪਿੰਜਣੀ ਦੇ ਮਸਲ ਨੂੰ ਸਟ੍ਰੈਚ ਕਰਾਂਗੇ ਲੇਟ ਕੇ ਹੀ। ਪ੍ਰੈਗਨੈਂਟ ਵੂਮਨ ਵੀ ਇਹ ਐਕਸਰਸਾਈਜ਼ ਕਰ ਸਕਦੀ ਹੈ। ਇੱਦਾਂ ਆਪਾਂ ਪੈਰ ਦੇ ਵਿੱਚ ਪਾ ਲਾਂਗੇ ਔਰ ਆਪਾਂ ਕੋਸ਼ਿਸ਼ ਕਰਾਂਗੇ ਲੱਤ ਨੂੰ ਉੱਪਰ ਚੱਕਣ ਦੀ,
ਤੁਹਾਡੀ ਪਿੰਜਣੀ ਦੇ ਵਿੱਚ ਪ੍ਰੋਪਰ ਸਟ੍ਰੈਚ ਪਏਗਾ, ਖਿੱਚ ਪਏਗੀ ਕਾਫ ਮਸਲ ਦੇ ਵਿੱਚ। ਇੱਥੇ ਹੋਲਡ ਕਰਾਂਗੇ 10 ਸੈਕਿੰਡ, 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਆਰਾਮ ਕਰਨਾ 10 ਸੈਕਿੰਡ, ਫਿਰ ਆਪਾਂ ਉੱਪਰ ਚੱਕ ਦੇਣਾ 1, 2, 3। ਧਿਆਨ ਰਹੇ ਗੋਡਾ ਸਿੱਧਾ ਤਾਂ ਸਟ੍ਰੈਚ ਪੈਣਾ, ਇੱਦਾਂ ਖਿੱਚ ਨਹੀਂ ਪਏਗੀ। ਅਗਰ ਗੋਡਾ ਸਿੱਧਾ ਹੋਏਗਾ ਤਾਂ ਹੀ ਖਿੱਚ ਪਏਗੀ। ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ, 1, 2, 3, 4, 5, 6, 7, 8, 9, 10, ਦੈਨ ਰਿਲੈਕਸ, ਫਿਰ ਚੱਕ ਦਾਂਗੇ 1, 2, 3, 4, 5, 6, 7, 8, 9, 10। ਇਹ ਵੀ ਤੁਸੀਂ 6 ਵਾਰੀ ਕਰਨਾ, 3 ਵਾਰੀ ਆਪਾਂ ਕੀਤਾ, ਹੁਣ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਉਂਦੇ ਹਾਂ। ਫਿਰ ਉੱਪਰ ਚੱਕਤਾ 1, 2, 3, 4, 5, 6, 7, 8, 9, 10। ਕਈ ਵਾਰ ਇੱਦਾਂ ਦਾ ਸਵਾਲ ਵੀ ਪੁੱਛਿਆ ਜਾਂਦਾ, ਪੇਸ਼ੈਂਟਸ ਇੱਦਾਂ ਦੇ ਆਉਂਦੇ ਵੀ ਨਹੀਂ ਵੀ ਸਾਡੇ ਇੱਕ ਪੈਰ 'ਤੇ ਸਵੈਲਿੰਗ ਆ, ਇੱਕ 'ਤੇ ਨਹੀਂ ਹੈ। ਸੋ ਉਹਨਾਂ ਲਈ ਵੀ ਇਹ ਸੇਮ ਹੀ ਕਸਰਤਾਂ ਹਨ, 1, 2, 3, 4, 5, 6, 7, 8, 9, 10। ਫਿਰ ਉੱਪਰ ਚੱਕ ਦਾਂਗੇ 1, 2, 3, 4, 5, 6, 7, 8, 9, 10। ਸੋ ਇਹ ਹੋ ਗਈ ਤੁਹਾਡੀ ਕਾਫ ਮਸਲ ਦਾ ਸਟ੍ਰੈਚ, ਤੀਸਰੀ ਐਕਸਰਸਾਈਜ਼। ਹੁਣ ਚੌਥੀ ਐਕਸਰਸਾਈਜ਼ ਕਰਨ ਲੱਗੇ ਹਾਂ। ਇਸ ਦੇ ਵਿੱਚ ਕੀ ਕਰਾਂਗੇ ਆਪਾਂ, ਰੋਜ਼ਾਨਾ ਰਾਤ ਨੂੰ ਇੱਕੋ ਇੱਕ ਟਾਈਮ ਹੀ ਕਰਨੀ ਹੈ ਇਹ ਵਾਲੀ ਕਸਰਤ। ਤੁਸੀਂ ਦੋਨੇ ਲੱਤਾਂ ਦੀਵਾਰ ਦੇ ਨਾਲ ਲਾ ਦੋਗੇ ਇੱਦਾਂ ਕਰਕੇ, ਇਸ ਤਰ੍ਹਾਂ ਕਰਕੇ ਤੁਸੀਂ ਦੀਵਾਰ ਦੇ ਨਾਲ ਲੱਤਾਂ ਲਾ ਦੇਣੀਆਂ ਨੇ, ਔਰ 10 ਤੋਂ 15 ਮਿੰਟ ਇੱਦਾਂ ਹੀ ਲੱਤਾਂ ਉੱਪਰ ਰੱਖਣੀਆਂ ਨੇ। ਜਿੰਨਾ ਆਪਣਾ ਬਲੱਡ ਨੀਚੇ ਗਿਆ ਹੋਏਗਾ ਲੱਤਾਂ ਵੱਲ, ਉਹ ਸਾਰਾ ਵਾਪਸ ਆ ਜਾਏਗਾ। ਸਪਾਈਨ ਬਿਲਕੁਲ ਸਟੇਬਲ ਰਹੇਗੀ, ਨੀਚੇ ਲੱਗੀ ਰਹੇਗੀ, ਹਿਪਸ ਆਪਾਂ ਨਾਲ ਲਾ ਦੇਣੇ ਆ, ਔਰ ਇੱਦਾਂ ਲੱਤਾਂ ਉੱਪਰ ਰੱਖਣੀਆਂ 15 ਤੋਂ 20 ਮਿੰਟ। ਵਾਲ ਰੇਜ਼ ਕਰ ਦੇਣੀ ਆ ਆਪਾਂ, ਲੈਗਸ ਵਾਲ ਰੇਜ਼ ਕਰ ਦੇਣੇ ਆ, ਆਪਣੀ ਦੀਵਾਰ ਦੇ ਨਾਲ ਲਾ ਦੇਣੀ ਆ ਬਿਲਕੁਲ, ਔਰ ਇੱਦਾਂ ਤੁਸੀਂ 15 ਤੋਂ 20 ਮਿੰਟ ਰੱਖਣਾ ਤੁਹਾਡੀ ਬੈਕ ਸਾਈਡ 'ਤੇ ਹੈਮਸਟ੍ਰਿੰਗ, ਔਰ ਇਹ ਪਿੰਜਣੀ ਦੇ ਵਿੱਚ ਸਟ੍ਰੈਚ ਪਏਗਾ। ਇੱਥੇ ਆਪਾਂ ਹੋਲਡ ਰੱਖਾਂਗੇ ਨੀਅਰ ਅਬਾਊਟ 15 ਤੋਂ 20 ਮਿੰਟ, ਜਿੰਨਾ ਤੁਸੀਂ ਰੱਖ ਸਕਦੇ ਹੋ। 5 ਮਿੰਟ ਤਾਂ ਘੱਟੋ ਘੱਟ ਰੱਖਿਓ, ਜਦੋਂ ਤੁਹਾਡੇ 10 ਮਿੰਟ ਹੋ ਗਏ ਫਿਰ ਲੱਤਾਂ ਨੀਚੇ ਕਰ ਦੇਣੀਆਂ ਨੇ, ਰਿਲੈਕਸ ਪੋਜੀਸ਼ਨ 'ਚ ਆ ਜਾਣਾ, ਔਰ ਫਿਰ ਲੱਤਾਂ ਉੱਪਰ ਚੱਕ ਦੇਣੀਆਂ ਨੇ। ਕੰਟੀਨਿਊ ਤੁਸੀਂ ਇਹ 10 ਤੋਂ 15 ਮਿੰਟ ਰੱਖਣਾ ਹੀ ਰੱਖਣਾ। ਅਗਰ ਵਿੱਚ ਤੁਸੀਂ ਥੱਕ ਗਏ ਤਾਂ ਲੱਤਾਂ ਤੁਸੀਂ ਇੱਦਾਂ ਨੀਚੇ ਲਿਆਉਣੀਆਂ ਨੇ, ਆਰਾਮ ਕਰਨਾ ਔਰ ਫਿਰ ਉੱਪਰ ਲੈ ਜਾਣਾ। ਇਸ ਇੱਦਾਂ ਕੀ ਹੋਏਗਾ, ਸਾਰੀ ਸਵੈਲਿੰਗ ਆ ਜੋ ਸੋਜਿਸ਼ ਹੈ ਗਿੱਟਿਆਂ ਦੀ, ਉਹ ਤੁਹਾਡੀ ਲੈ ਜਾਏਗੀ। ਹੌਲੀ ਹੌਲੀ ਕਰਕੇ ਲੱਤਾਂ ਨੀਚੇ ਕਰ ਦੇਣੀ, ਫਿਰ ਤੁਸੀਂ ਸਿੱਧੇ ਆਰਾਮ ਨਾਲ ਲੇਟ ਜਾਣਾ ਹੈ। ਇਹ ਹੋਊਗੀ ਤੁਹਾਡੀ ਕਸਰਤ, ਆਪਣੀ ਵਾਲ ਰੇਜ਼ ਹੋ ਗਈਆਂ, ਦੋਨੋਂ ਲੱਤਾਂ ਆਪਾਂ ਦੀਵਾਰ ਦੇ ਨਾਲ ਖੜੀਆਂ ਕਰ ਦਿੱਤੀਆਂ। ਨੈਕਸਟ ਐਕਸਰਸਾਈਜ਼ ਕਰਨ ਲੱਗੇ ਹਾਂ। ਹੁਣ ਆਪਾਂ ਕਰਾਂਗੇ ਫੋਮ ਰੋਲਰ ਦੇ ਨਾਲ ਆਪਾਂ ਕਿਹੜੀ ਕਸਰਤ ਕਰ ਸਕਦੇ ਹਾਂ। ਫੋਮ ਰੋਲਰ ਆਪਾਂ ਪਿੰਜਣੀ ਦੇ ਨੀਚੇ ਇੱਦਾਂ ਰੱਖ ਦਾਂਗੇ, ਔਰ ਦੂਸਰਾ ਗੋਡਾ ਮੋੜ ਲਾਂਗੇ, ਔਰ ਇਸ 'ਤੇ ਆਪਾਂ ਪਿੰਜਣੀ 'ਤੇ ਇੱਦਾਂ ਸਲਾਈਡ ਕਰਾਂਗੇ, ਇੱਦਾਂ ਲੱਕ ਥੋੜ੍ਹਾ ਉੱਪਰ ਚੱਕ ਲਾਂਗੇ, ਇੱਦਾਂ ਆਪਾਂ ਘਸਾਵਾਂਗੇ, ਫਿਰ ਨੀਚੇ, ਫਿਰ ਉੱਪਰ, ਫਿਰ ਨੀਚੇ, ਫਿਰ ਉੱਪਰ, ਫਿਰ ਨੀਚੇ, ਫਿਰ ਉੱਪਰ, ਫਿਰ ਨੀਚੇ, ਫਿਰ ਉੱਪਰ, ਫਿਰ ਨੀਚੇ। ਇੱਦਾਂ ਕੀ ਹੈ, ਕਈ ਵਾਰ ਕੀ ਹੁੰਦਾ ਆਪਣੀਆਂ ਜੋ ਨਸਾਂ ਨੇ ਉਹ ਬਲੌਕ ਹੋ ਜਾਂਦੀਆਂ ਨੇ, ਇੱਦਾਂ ਜਦੋਂ ਆਪਾਂ ਪ੍ਰੈਸ਼ਰ ਪਾਵਾਂਗੇ ਇਹਨਾਂ ਦੇ ਉੱਪਰ ਤਾਂ ਉਹ ਖੁੱਲ੍ਹ ਜਾਣਗੀਆਂ, ਔਰ ਜੋ ਆਪਣੀ ਸਵੈਲਿੰਗ ਹੋਈ ਆ ਨੀਚੇ ਗਿੱਟੇ 'ਤੇ ਉਹ ਘੱਟ ਜਾਏਗੀ। ਦੁਬਾਰਾ ਦੇਖੋ, ਪਹਿਲਾਂ ਇਹਦੇ ਉੱਪਰ ਇੱਦਾਂ ਲੱਤ ਰੱਖ ਲਈ ਇੱਦਾਂ ਕਰਕੇ, ਔਰ ਦੂਸਰੀ ਲੱਤ ਮੋੜ ਦੇਣੀ ਹੈ, ਬਾਹਾਂ ਦੇ ਭਾਰ 'ਤੇ ਬੋਡੀ ਚੱਕ ਲੈਣੀ ਹੈ, ਔਰ ਇੱਦਾਂ ਆਪਾਂ ਹੌਲੀ ਹੌਲੀ ਆਪਾਂ ਇਸ 'ਤੇ ਮਸਾਜ ਕਰਨੀ ਹੈ, ਇੱਦਾਂ ਕਰਕੇ ਪ੍ਰੈਸ਼ਰ ਪਏਗਾ, ਇਹ ਤੁਹਾਡੀ ਪਿੰਜਣੀ ਦੇ ਮਸਲਸ ਨੂੰ ਰਿਲੈਕਸ ਕਰੇਗਾ। ਇੱਦਾਂ ਤੁਸੀਂ 1 ਮਿੰਟ ਕਰਕੇ ਆਰਾਮ, ਔਰ ਫਿਰ 1 ਮਿੰਟ ਕਰਾਂਗੇ ਆਪਾਂ।
ਇਹ ਤੁਸੀਂ ਦੋ ਵਾਰੀ ਕਰਨਾ, 2 ਮਿੰਟ ਇਸ ਸਾਈਡ, 2 ਮਿੰਟ ਇਸ ਸਾਈਡ। ਹੁਣ ਤੁਹਾਨੂੰ ਦੂਸਰੀ ਸਾਈਡ ਕਰਕੇ ਦਿਖਾਉਂਦੇ ਹਾਂ। ਇੱਥੇ ਲੱਤ ਰੱਖ ਲਈ, ਇਹ ਲੱਤ ਮੋੜ ਲੈਣੀ ਇੱਦਾਂ ਕਰਕੇ, ਔਰ ਇੱਦਾਂ ਤੁਸੀਂ ਹੌਲੀ ਹੌਲੀ ਸਲੋ ਸਲੋ ਜਿੱਥੇ ਤੱਕ ਤੁਹਾਡੇ ਤੋਂ ਹੋ ਸਕਦਾ ਤੁਸੀਂ ਇਹ ਕਰਨਾ। ਇਹ ਹੋ ਗਿਆ ਤੁਹਾਡਾ ਕਾਫ ਮਸਲ ਦੇ ਉੱਪਰ ਰੋਲ ਕਰਨਾ, ਔਰ ਇੱਦਾਂ ਤੁਹਾਨੂੰ ਬੜਾ ਰਿਲੈਕਸ ਮਿਲੇਗਾ। ਤੁਹਾਡੀ ਜੋ ਪਿੰਜਣੀਆਂ ਥੱਕੀਆਂ ਥੱਕੀਆਂ ਰਹਿੰਦੀਆਂ ਨੇ ਉਹ ਵੀ ਠੀਕ ਹੋ ਜਾਣਗੀਆਂ। 1 ਮਿੰਟ ਕਰਕੇ ਆਰਾਮ, ਔਰ ਫਿਰ 1 ਮਿੰਟ ਕਰਾਂਗੇ। ਇਹ ਹੋ ਗਈ ਤੁਹਾਡੀ ਜੋ ਤੁਸੀਂ ਰੋਲਰ ਦੇ ਨਾਲ ਕਸਰਤ ਕਰਨੀ ਹੈ। ਹੁਣ ਤੁਹਾਨੂੰ ਇੱਕ ਹੋਰ ਐਕਸਰਸਾਈਜ਼ ਕਰਕੇ ਦਿਖਾਉਣ ਲੱਗੇ ਹਾਂ। ਨੈਕਸਟ ਐਕਸਰਸਾਈਜ਼ ਆਪਾਂ ਕਰਾਂਗੇ ਹੀਲ ਰੇਜ਼, ਅੱਡੀਆਂ ਨੂੰ ਉੱਪਰ ਚੱਕ ਦਾਂਗੇ, ਇੱਕ ਕੁਰਸੀ ਦੇ ਨਾਲ ਖੜ ਜਾਂਗੇ ਔਰ ਅੱਡੀਆਂ ਨੂੰ ਉੱਪਰ ਚੱਕਾਂਗੇ ਔਰ ਫਿਰ ਨੀਚੇ ਇੱਦਾਂ। 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ। ਇਸ ਦੇ ਵੀ ਤੁਸੀਂ 6 ਸੈੱਟ ਲਾਉਣੇ ਨੇ। ਦੁਬਾਰਾ ਦੇਖੋ ਧਿਆਨ ਨਾਲ, 2 3 4 5 6 7 8 9 10 ਦੈਨ ਰਿਲੈਕਸ। ਕੁਰਸੀ ਦਾ ਤੁਸੀਂ ਹੌਲੀ ਹੌਲੀ ਸਹਾਰਾ ਲੈਣਾ ਹੈ, ਜ਼ਿਆਦਾ ਭਾਰ ਕੁਰਸੀ 'ਤੇ ਨਹੀਂ ਦੇਣਾ। ਅਕਸਰ ਤੁਸੀਂ ਇਸ ਨੂੰ ਕਿਸੇ ਹੈਲਪ ਨਾਲ, ਕਿਸੇ ਉੱਚੇ ਗੱਦੇ ਦੇ ਨਾਲ, ਉੱਚੇ ਕਿਸੇ ਬੈੱਡ ਦੇ ਨਾਲ ਖੜ ਕੇ ਵੀ ਕਰ ਸਕਦੇ ਹੋ। ਇੱਦਾਂ ਕਰਕੇ 1 2 3 4 5 6 7 8 9 10 ਦੈਨ ਰਿਲੈਕਸ। ਇਸ ਦੇ ਵਿੱਚ ਵੀ ਤੁਹਾਡੇ ਪਿੰਜਣੀਆਂ ਦਾ ਬਹੁਤ ਜ਼ੋਰ ਲੱਗੇਗਾ, ਇਸ ਦੇ ਤੁਸੀਂ 6 ਸੈੱਟ ਲਾਉਣੇ ਨੇ। ਹੁਣ ਤੁਹਾਨੂੰ ਦੱਸਣ ਲੱਗੇ ਹਾਂ ਹੋਰ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ। ਅਗਰ ਤੁਹਾਡੀ ਸਵੈਲਿੰਗ ਜ਼ਿਆਦਾ ਹੈ ਤਾਂ ਤੁਸੀਂ ਇਸ 'ਤੇ ਗਰਮ ਪੱਟੀ ਵੀ ਬੰਨ ਸਕਦੇ ਹੋ, ਰਾਤ ਨੂੰ ਸੌਣ ਵੇਲੇ ਗਰਮ ਪੱਟੀ ਬੰਨ ਕੇ ਸੌਂ ਜਾਓ। ਔਰ ਜਾਂ ਫਿਰ ਤੁਸੀਂ ਇਸ ਦੀਆਂ ਜੁਰਾਬਾਂ ਆਉਂਦੀਆਂ ਨੇ, ਸੌਕਸ ਆਉਂਦੀਆਂ ਨੇ, ਤੁਸੀਂ ਉਹ ਸੌਕਸ ਪਾ ਕੇ ਵੀ ਸੌਂ ਸਕਦੇ ਹੋ। ਉਹ ਤੁਹਾਡੀਆਂ ਸੌਕਸਾਂ ਗੋਡਿਆਂ ਤੱਕ ਹੁੰਦੀਆਂ ਨੇ, ਉਸ ਨਾਲ ਕੀ ਹੈ ਸਾਰਾ ਜੋ ਆਪਣੇ ਮਸਲਸ ਨੇ, ਜੋ ਆਪਣੇ ਨਰਵਸ ਨੇ, ਨਸਾਂ ਨੇ, ਉਹ ਘੁੱਟੀਆਂ ਰਹਿਣਗੀਆਂ ਔਰ ਜਿੰਨਾ ਵੀ ਸਵੈਲਿੰਗ ਹੈ ਉਹ ਸਾਰੀ ਘੱਟ ਜਾਏਗੀ। ਅਗਰ ਇਸ ਵੀਡੀਓ ਰਿਗਾਰਡਿੰਗ ਤੁਸੀਂ ਕੁਛ ਵੀ ਪੁੱਛਣਾ ਚਾਹੁੰਦੇ ਹੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਸਾਡੇ ਤੋਂ ਪੁੱਛ ਸਕਦੇ ਹੋ। ਸਭ ਤੋਂ ਜ਼ਰੂਰੀ ਪਾਣੀ ਦੀ ਮਾਤਰਾ ਪੂਰੀ ਰੱਖਣੀ ਹੈ, ਦਿਨ ਦੇ ਵਿੱਚ 4 ਤੋਂ 5 ਲੀਟਰ ਪਾਣੀ ਪੀਣਾ ਹੈ ਔਰ ਸਵੇਰੇ 4 ਬਦਾਮ 2 ਅਖਰੋਟ ਪਾਣੀ 'ਚ ਭਿਗੋ ਕੇ ਤੁਸੀਂ ਸਵੇਰੇ ਪੀਣੇ ਹੀ ਪੀਣੇ ਨੇ। ਔਰ ਤੁਸੀਂ ਰਾਤ ਨੂੰ ਸੌਣ ਵੇਲੇ ਦੁੱਧ ਔਰ ਸਵੇਰੇ 1 ਬ੍ਰੇਕਫਾਸਟ ਦੇ ਵਿੱਚ ਐਪਲ ਐਡ ਕਰਨਾ ਹੈ। ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਡੀ ਜੋ ਗਿੱਟਿਆਂ 'ਤੇ ਸੋਜ ਆਈ ਹੈ, ਜੋ ਤੁਹਾਡੇ ਪੈਰਾਂ 'ਤੇ ਸੋਜ ਆਈ ਹੈ, ਉਹ ਹੌਲੀ ਹੌਲੀ ਉਤਰਨਾ ਸ਼ੁਰੂ ਹੋ ਜਾਏਗੀ। ਮਿਲਦੇ ਹਾਂ ਜਲਦ 1 ਨਵੀਂ ਵੀਡੀਓ ਨਾਲ। ਟਿਲ ਦੈਨ ਸਾਰੇ ਜਣੇ ਆਪਣਾ ਧਿਆਨ ਰੱਖਿਓ। ਸਤਿ ਸ਼੍ਰੀ ਅਕਾਲ ਜੀ।